ਰਖੜ ਦੇ ਖਲਦੁਆਣੀ ਦੇ ਵਿੱਚ بارش ਨੇ ਕਹਿਰ ਮਚਾਇਆ ਹੋਇਆ ਜੀ ਹਾਂ ਮੌਲੇ ਧਾਰ ਮੀਂਹ ਕਾਰਨ ਸਾਰੇ ਰੋਡ ਸੜਕਾਂ ਨਦੀਆਂ ਨਾਲੇ ਜਾਮ ਖੋ ਚੁੱਕੇ ਨੇ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਦੇਖੋ ਕਿਵੇਂ ਮੀਂਹ ਦੇ ਪਾਣੀ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਰੁੜਦੀਆਂ ਜਾ ਰਹੀਆਂ ਨੇ Swift ਕਾਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਈ ਦੇਵੇਗੀ ਔਰ ਮੀਂਹ ਦਾ ਪਾਣੀ ਵੀ ਦੇਖੋ ਕਿੰਨਾ ਤੇਜ਼ੀ ਨਾਲ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਤਾਂ ਪਾਣੀ ਦੇ ਵਿੱਚ ਸਵਿਫਟ ਕਾਰ ਜਿਹੜੀ ਐ ਉਹ ਰੁੜ ਚੁੱਕੀ ਐ ਕਿਉਂਕਿ ਮੌਲੇ ਧਾਰਮੀ ਲਗਾਤਾਰ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੈ ਰਹਿਆ ਹਲਦਵਾਨੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਕਾਠ ਗੋਦਾਮ ਰੋਡ ਦੱਸਿਆ ਜਾ ਰਿਹਾ ਦੇਵਖੜੀ ਨਾਲਾ ਜਿੱਥੇ ਪਾਣੀ ਹੁਣ ਕਰਕੇ ਦੇਵਖੜੀ ਨਾਲੇ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਚੁੱਕਾ ਸੀ ਜਿਸ ਕਾਰਨ ਪਾਣੀ ਜਿਹੜਾ ਉਹ ਸੜਕਾਂ ਦੇ ਉੱਪਰ ਆਉਣਾ ਸ਼ੁਰੂ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਲੋਕਾਂ ਨੂੰ ਹੁਣ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇੱਕ ਗੱਡੀ ਦੇਖੋ ਆ ਜਿਸ ਕਾਰਨ ਆ ਪਾਣੀ ਦੇ ਕਾਰਨ ਕਿਉਂਕਿ ਪਾਣੀ ਜ਼ਿਆਦਾ ਭਰਿਆ ਹੋਇਆ ਸੀ ਔਰ ਪਾਣੀ ਦੇ ਕਾਰਨ ਤੁਹਾਨੂੰ ਇਹ ਸਵਿਫਟ ਕਾਰ ਜਿਹੜੀ ਹੈ ਉਹ ਰੁੜਦੀ ਖੋਈ ਦਿਖਾਈ ਦੇਵੇਗੀ ਜੀ ਹਾਂ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਇੱਧਰ ਰੇਲਿੰਗ ਜੁੜੀ ਹੈ ਉਹ ਲਗਾ ਦਿੱਤੀ ਗਈ ਸੀ ਔਰ ਰੇਲਿੰਗ ਦੇ ਚੱਲਦੇ ਕਾਰ ਜਿਹੜੀ ਹੈ ਉਹ ਡਿੱਗਣ ਤੋਂ ਬਚ ਗਈ ਹੈ ਔਰ ਹਾਲਾਂਕਿ ਰੁੜੀ ਜ਼ਰੂਰ ਹੈ ਕਾਰ ਪਰ ਪ੍ਰਸ਼ਾਸਨ ਨੂੰ ਪਹਿਲਾਂ ਹੀ ਇਸ ਚੀਜ਼ ਦਾ ਪਤਾ ਸੀਗਾ ਕਿਉਂਕਿ ਬਾਰਿਸ਼ ਬਹੁਤ ਹੋਈ ਔਰ ਅਜਿਹੇ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਵੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹ ਜਈਆਂ ਸਿਚੁਏਸ਼ਨਸ ਬਾਅਦ ਚ ਆਊਟ ਆਫ ਕੰਟਰੋਲ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਬੈਲੈਂਸ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਤਾਂ ਪਹਿਲਾਂ ਕੀ ਪੁਲਿਸ ਨੇ ਰੇਲਿੰਗ ਲਗਾ ਦਿੱਤੀ ਸੀ ਨਾ ਰੇਲਿੰਗ ਦੇ ਕਰਕੇ ਸਵਿਫਟ ਕਾਰ ਜਿਹੜੀ ਹੈ ਉਹ ਡਿੱਗਣ ਤੋਂ ਬਚ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਲਗਾਤਾਰ بارش ਹੋਣ ਦੇ ਨਾਲ ਦੇਵਖੜੀ ਨਾਲਾ ਜਿਹੜਾ ਆ ਉਹ ਪੂਰੇ ਉਫਾਨ ਦੇ ਉੱਪਰ ਆਇਆ ਹੋਇਆ ਤਸਵੀਰ ਤੁਸੀਂ ਦੇਖ ਸਕਦੇ ਹੋ ਆਸ-ਪਾਸ ਦੇ ਜਿੰਨੇ ਵੀ ਲੋਕ ਨੇ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੈ ਕਿ ਉਹ ਆ ਗੱਡੀਆਂ ਜੋ ਵੀ ਕੋਈ ਚੀਜ਼ ਰਾਹ ਦੇ ਵਿੱਚ ਆਉਂਦੀ ਹੈ ਤਾਂ ਉਹ ਸਾਰਾ ਕੁਝ ਆਪਣੇ ਨਾਲ ਹੀ ਅ ਰੋਡ ਕੇ ਜਿਹੜਾ ਆ ਉਹ ਲੈ ਜਾਂਦਾ ਹੈ ਤਾਂ ਇਹ ਕਾਰ ਜਿਹੜੀ ਹੈ ਇਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਛੋਟੀ ਬੱਚੀ ਤੇ ਉਹਦੇ ਮਾਤਾ ਪਿਤਾ ਵੀ ਬੈਠੇ ਹੋਏ ਸੀ ਜਿਹੜੇ ਦੁਕਾਨ ਦੇ ਕੋਲ ਇੱਕ ਗੱਡੀ ਖੜੀ ਕਰਕੇ ਤੇ ਉੱਥੇ ਖੜੇ ਸੀਗੇ ਕਾਰ ਬੱਚੀ ਜਦੋਂ ਕਾਰ ਤੋਂ ਬਾਹਰ ਨਿਕਲੀ ਹੈ ਤੇ ਕਾਰ ਦੇ ਵਿੱਚ ਸਵਾਰ ਹਸਬੰਡ ਵਾਈਫ ਵੀ ਉਹਨਾਂ ਨੂੰ ਵੀ ਦੋਨਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਪਰ ਇੰਨੇ ਚਿਰ ਨੂੰ ਕਾਰ ਜਿਹੜੀ ਉੱਥੋਂ ਰੁੜ ਜਾਂਦੀ ਹੈ ਔਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਉੱਥੇ ਰੇਲਿੰਗ ਲੱਗੀ ਹੁੰਦੀ ਹੈ ਉਸ ਕਾਰਨ ਕਾਰ ਜਿਹੜੀ ਬਚ ਜਾਂਦੀ ਹੈ ਨਹੀਂ ਤਾਂ ਹਾਦਸਾ ਵੱਡਾ ਵਾਪਰ ਜਾਣਾ ਸੀ ਬੱਚੀ ਨੂੰ ਤੇ ਮਾਪਿਓ ਨੂੰ ਕਾਰ ਦੇ ਵਿੱਚੋਂ ਸੁਰੱਖਿਤ ਬਾਹਰ ਜੜਾ